ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਾਂ ਜਾ ਰਹੇ ਹਾਂ ਐਸਐਨ ਡਲਹੌਜ਼ੀ, ਬਾਈਕ ਟੂਰ ਆ ਸਾਡਾ 3-4 ਜਣਿਆਂ ਦਾ। ਤੇ ਮੇਰੇ ਨਾਲ ਨੇ ਸ਼ਰਿੰਦਰ ਸਿੰਘ ਜੀ, ਤੇ ਜਲੰਧਰ ਤੋਂ ਆਪਾਂ ਤੁਰਦੇ ਹਾਂ ਤੇ ਆਸ ਕਰਦੇ ਹਾਂ ਵੀ 3-4 ਘੰਟੇ ਦੇ ਵਿੱਚ ਜੇ ਆਪਾਂ ਪਹੁੰਚ ਜਾਣਾ ਤੇ ਤੁਹਾਨੂੰ ਟੂਰ ਵਿਖਾਉਂਦੇ ਹਾਂ। ਮੌਸਮ ਬਹੁਤ ਹੀ ਵਧੀਆ ਵਾ ਇਸ ਟਾਈਮ ਤੇ, ਠੰਡਾ ਸਵੇਰੇ 7:30 ਦਾ ਟਾਈਮ ਆ। ਇੱਥੇ ਆ ਮੰਮਾ ਰਸੋਈ ਦੇ ਉੱਤੇ ਰੁਕੇ ਸੀ ਆਪਾਂ ਥੋੜ੍ਹਾ ਟੀ ਅਤੇ ਸਨੈਕਸ ਵਾਸਤੇ। ਅਤੇ ਇੱਥੋਂ ਹੁਣ ਆਪਾਂ ਸਾਹਮਣੇ ਉਹ ਪਹਾੜ ਨਜ਼ਰ ਆਉਂਦੇ ਪਏ ਆ, ਅਤੇ ਇੱਥੋਂ ਬਸ ਆਪਣਾ ਦੁਬਾਰਾ ਬਾਈਕ ਆਪਾਂ ਰੈਡੀ ਕਰ ਲਿਆ ਆਪਣੇ, ਅਤੇ ਹੁਣ ਵਾਪਸੀ ਆ ਫਿਰ ਆਪਣਾ ਡਲਹੌਜ਼ੀ ਵਾਲੇ ਪਾਸੇ। ਸ਼ੇਰ ਆ ਗਏ ਆ ਅਤੇ ਹੁਣ ਆਪਾਂ ਬਾਈਕ ਦੇ ਉੱਤੇ ਚੱਲਾਂਗੇ। ਇਹ ਭਾਈ ਹੋਣੇ ਸਾਰੇ ਕਰਕੇ ਕੁਫਰੀ ਜਾ ਰਹੇ ਹਾਂ ਜੀ ਆਪਾਂ। ਨਜ਼ਾਰਾ ਵੇਖੋ, ਕਿਉਂਕਿ ਮੌਸਮ ਇੱਥੇ ਕਾਫੀ ਠੰਡਾ ਵਾ ਅਤੇ ਤੁਹਾਨੂੰ ਪਤਾ ਜਦੋਂ ਥੋੜ੍ਹਾ ਠੰਡਾ ਹੁੰਦਾ ਤਾਂ ਫਿਰ ਥੋੜ੍ਹਾ ਜਿਹਾ ਰਹਿੰਦਾ ਹੀ ਆ। ਸਾਰਾ ਜਿਹੜਾ ਰਸਤਾ ਜੀ ਇਹ ਜਾਂਦਾ ਸਿੱਧਾ ਕੁਫਰੀ ਵਾਲੇ ਪਾਸੇ ਨੂੰ, ਰਸਤਾ ਸਾਡਾ ਆ ਗਿਆ ਡਲਹੌਜ਼ੀ ਪਬਲਿਕ ਸਕੂਲ। ਜਿਹੜੇ ਬੱਚੇ ਪੜ੍ਹਦੇ ਆ ਪੰਜਾਬ ਤੋਂ, ਕਾਫੀ ਬੱਚੇ ਇੱਥੇ ਬੋਰਡਿੰਗ ਦੇ ਵਿੱਚ ਪੜ੍ਹਦੇ ਰਹਿੰਦੇ ਆ ਅਤੇ ਪੜ੍ਹਦੇ ਵੀ ਆ। ਡਲਹੌਜ਼ੀ ਹਿੱਲ ਟੋਪ ਸਕੂਲ ਜਿੱਥੇ ਸਾਡੇ ਨਾਲ ਜਿਹੜੇ ਸ਼ੇਰ ਆਏ ਆ ਪੜ੍ਹੇ ਹੋਏ ਆ, ਆਹ ਜੇ ਡਲਹੌਜ਼ੀ ਹਿੱਲ ਟੋਪ ਸਕੂਲ ਤੁਹਾਡੇ 'ਚੋਂ ਜਿਹੜੇ ਇੱਥੇ ਪੜ੍ਹੇ ਹੋਣਗੇ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ। ਆ ਗਿਆ ਡਲਹੌਜ਼ੀ ਹਿੱਲ ਟੋਪ ਸਕੂਲ ਅਤੇ ਆਪਾਂ ਆਏ ਹਾਂ ਡਲਹੌਜ਼ੀ ਹਿੱਲ ਟੋਪ ਪਬਲਿਕ ਸਕੂਲ ਜਿਹੜਾ ਵਾ। ਅਤੇ ਉੱਥੇ ਇਹ ਸਾਡੇ ਜਿਹੜੇ ਵੀਰ ਆ ਇਹ ਪੁਰਾਣੇ ਇੱਥੇ ਪੜ੍ਹੇ ਸੀ ਆ ਵੇਖੋ ਜਾਣਦੇ, ਅਤੇ ਤਕਰੀਬਨ 22 ਸਾਲਾਂ ਬਾਅਦ ਇਹ ਸਕੂਲ ਦੀ ਧਰਤੀ ਦੇ ਉੱਤੇ ਦੁਬਾਰਾ ਇਹ ਆਏ ਆ ਅਤੇ ਇੰਜੋਏ ਕਰਨਾ ਚਾਹੁੰਦੇ। ਹਾਂਜੀ, ਅਤੇ ਇਹ ਨੇ ਸਕੂਲ ਦੇ ਸੁਪਰਵਾਈਜ਼ਰ ਸਾਹਿਬ, ਅਤੇ ਇਹ ਸਾਨੂੰ ਨਾ ਘੁਮਾਉਣ ਲੈ ਕੇ ਚੱਲੇ ਆ ਸਕੂਲ ਦੇ ਵਿੱਚ ਉੱਪਰਲੇ ਪਾਸੇ, ਕਿਉਂਕਿ ਇਹਨਾਂ ਨੂੰ ਸ਼ੇਰਾਂ ਨੂੰ ਪੜ੍ਹਿਆਂ ਨੂੰ ਅੱਜ ਹੋ ਗਏ ਆ 15-15, 20-20 ਸਾਲ। ਕਾਫੀ ਚੇਂਜਸ ਵੀ ਆਈਆਂ, ਉਹ ਥੱਲੇ ਰੋਡ ਆ ਗਰਲਜ਼ ਰੈਜੀਡੈਂਸ।
ਇਹਨਾਂ ਦੀ ਮੈਸ ਜਿੱਥੇ ਬੈਠ ਕੇ ਸ਼ਾਮ ਨੂੰ ਬੱਚੇ ਖਾਣਾ ਖਾਂਦੇ ਬਿਲਕੁਲ ਕਿਆ ਬਾਤ ਹੈ ਇਹ ਕਲਾਸਰੂਮ ਹੈ ਜੀ ਇਹ ਜਿਹੜੇ ਸਕੂਲ ਨੇ ਸਕੂਲ ਦੀ ਜਿਹੜੀ ਕਲਾਸਿਸ ਆ ਉਹ ਇਹ ਆ ਹਾਂਜੀ ਸਰ ਕਲਾਸ 9th ਹਾਂ ਬਲੈਕਬੋਰਡ ਕਿਆ ਬਾਤ ਆ ਆ ਆਇਆ ਜੀ ਇਹਦੇ ਸਕੂਲ ਦੀ ਜਿਹੜੀ ਪਲੇ ਗਰਾਊਂਡ ਹੈ ਇੱਥੇ ਆਇਆ ਅਤੇ ਆਹ ਵੇਖੋ ਯਾਰ ਨਜ਼ਾਰਾ ਵੇਖੋ ਇੱਥੇ ਕਿਆ ਬਾਤ ਹੈ ਸਾਹਮਣੇ ਉਹ ਜਿਹੜੀਆਂ ਤੁਹਾਨੂੰ ਪਹਾੜੀਆਂ ਨਜ਼ਰ ਆਉਂਦੇ ਪਏ ਨੇ ਜਿਹੜੇ ਉੱਤੇ ਬਰਫੀਲੇ ਜਿਹੜੇ ਆਹ ਵਾਲੇ ਇਸ ਜਗ੍ਹਾ ਦੇ ਉੱਤੇ ਇਹ ਸਾਰੇ ਜੇਕੇ ਆ ਪਰੇ ਉਹ ਵੀ ਸਾਹਮਣੇ ਉਹ ਉੱਪਰ ਲੱਭਾ ਸੀ ਕਿਆ ਨਜ਼ਾਰੇ ਆ ਕਿਆ ਨਜ਼ਾਰੇ ਆ ਬਹੁਤ ਜ਼ਿਆਦਾ ਹਾਈਟ 'ਤੇ ਆਪਾਂ ਆਹ ਗਰਾਊਂਡ ਆ ਹਿੱਲ ਟੋਪ ਡਲਹੌਜ਼ੀ ਸਕੂਲ ਦੀ ਆਹ ਸੀਨੀਅਰ ਬੋਇਜ਼ ਰੈਜੀਡੈਂਸ ਆ ਉਹ ਖੁਦ ਵੀ ਜਾਣਦੇ ਕਹਿੰਦੇ ਵੇਖ ਕੇ ਆਉਣੇ ਕਮਰੇ ਉਹ ਹੀ ਜਿੱਥੇ ਰਹਿੰਦੇ ਰਹੇ ਕਿਤੇ ਛੋਟੇ ਹੁੰਦੇ ਸੀਨਰੀ ਬੜੀ ਪਿਆਰੀ ਆ ਇੱਧਰ ਵੇਖੋ ਥੱਲੇ ਬਿਲਡਿੰਗਾਂ ਤਾਂ ਨਜ਼ਰ ਆਉਂਦੀਆਂ ਹੋਣੀਆਂ ਉਹ ਵੇਖੋ ਅਗਲੇ ਪਾਸੇ ਜਾ ਕੇ ਨੀਚੇ ਆਹ ਕੋਰੀਡੋਰ ਆ ਜੀ ਸਕੂਲ ਦਾ ਬੜਾ ਮਜ਼ਾ ਆਇਆ ਸਕੂਲ ਦੀ ਵੇਖ ਕੇ ਬਿਲਡਿੰਗ ਵੀ ਇਹ ਪੁਰਾਣੀ ਰੈਨੋਵੇਸ਼ਨ ਹੋਈ ਹੈ ਮੁੰਡੇ ਕਹਿੰਦੇ ਹਾਂ ਉਦੋਂ ਇੱਕ ਕੰਸਟਰਕਸ਼ਨ ਹੋ ਗਈ ਪਲੱਸ 1